ਫਾਈਂਡ ਦਾ ਏਰੀਆ ਆਫ ਸਕੁਅਰ ਸਕੁਅਰ ਦਾ ਏਰੀਆ ਫਾਈਂਡ ਕਰਨਾ ਆ ਉਹਦੀ ਸਾਈਡ ਦਿੱਤੀ ਹੋਈ ਆ ਸੋ ਆ ਚਾਰ ਸਾਮਾ ਮੈਂ ਪਹਿਲਾ ਸਾਮ ਤੁਹਾਨੂੰ ਕਰਕੇ ਦੱਸਦੀ ਆ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਸਾਈਡ ਆਫ ਸਕੁਅਰ ਜਿਹੜੀ ਕਿ ਫਰਸਟ ਸਾਮ ਦੇ ਵਿੱਚ ਸਾਨੂੰ 25 ਸੈਂਟੀਮੀਟਰ ਦਿੱਤੀ ਹੋਈ ਆ ਤੇ ਫਾਈਂਡ ਕੀ ਕਰਨਾ ਸੀ ਏਰੀਆ ਆਫ ਸਕੁਅਰ ਸਕੁਅਰ ਦਾ ਏਰੀਆ ਫਾਈਂਡ ਕਰਨ ਦਾ ਫਾਰਮੂਲਾ ਹੈਗਾ ਜੀ ਸਾਈਡ ਮਲਟੀਪਲਾਈ ਸਾਈਡ ਤੇ ਜਿਹੜੀ ਸਾਈਡ ਆ ਸਾਨੂੰ 25 ਦਿੱਤੀ ਹੋਈ ਆ ਠੀਕ ਹੈ ਸੋ ਤੁਸੀਂ 25 ਨੂੰ 25 ਦੇ ਨਾਲ ਮਲਟੀਪਲਾਈ ਕਰ ਸਕਦੇ ਹੋ ਠੀਕ ਹੈ ਜਿਹੜੇ ਛੋਟੇ ਬੱਚੇ ਆ ਉਹ ਇਦਾਂ ਰਫ ਕੰਮ ਦੇ ਵਿੱਚ ਨਾ 25 ਨੂੰ 25 ਨਾਲ ਮਲਟੀਪਲਾਈ ਕਰ ਸਕਦੇ ਆ ਸੋ ਇਹਨਾਂ ਨੂੰ ਮਲਟੀਪਲਾਈ ਕਰਨ ਦਾ ਬਾਧਾ 6 ਨਾਲ 25 ਆਏਗਾ ਨਾਲ ਸੈਂਟੀਮੀਟਰ ਆ ਸੈਂਟੀਮੀਟਰ ਉੱਪਰ ਸਕੁਅਰ ਪਾਣੀ ਆ ਕਿਉਂਕਿ ਜਦੋਂ ਵੀ ਆਪਾਂ ਏਰੀਆ ਫਾਈਂਡ ਕਰਦੇ ਆ ਤਾਂ ਨਾ ਸਕੁਅਰ ਜ਼ਰੂਰ ਲੱਗਦੀ ਆ ਜੇ ਇੱਥੇ ਮੀਟਰ ਆ ਤੇ ਮੀਟਰ ਦੇ ਨਾਲ ਜੇ ਸੈਂਟੀਮੀਟਰ ਆ ਤੇ ਸੈਂਟੀਮੀਟਰ ਦੇ ਨਾਲ